ਨਾਲ ਮੇਰੇ ਸਾਥ ਨੇ ਇਹ ਸਾਰੇ ਉਹੀ ਨੇ ਜਿਨ੍ਹਾਂ ਨੇ ਹੁਸ਼ਿਆਰਪੁਰ ਕਾਨ ਉਹਨੂੰ ਬੋਆ ਗਿਫਟ ਕਰਕੇ ਆਏ ਨੇ ਇਹ ਮੰਡ ਪਰਮਜੀਤ ਸਿੰਘ ਮੰਡ ਪਰਮਜੀਤ ਸਿੰਘ ਰਣਵੀਰ ਸਿੰਘ ਵਰਕਸ ਨੇ ਦੇ ਕੋ ਨਾਮ ਨੇ ਇਹਨਾਂ ਕੱਢਿਆ ਨਹੀਂ ਤੇ ਕਿਸ ਤਰ੍ਹਾਂ ਸੀਗਾ ਤੇ ਉਹਨਾਂ ਦੇ ਪਰ ਕਿਸਾਨਾਂ ਦਾ ਜਿਹੜਾ ਪ੍ਰੈਸ਼ਰ ਹੈ ਉਸ ਤਹਿਤ ਉਹਨਾਂ ਨੇ ਕੇਸ ਵਿਡਰੋ ਕਰ ਲਿਆ ਨਾ ਤੋਂ ਤੇ ਅਸੀਂ ਇਹ ਸਮਝਦੇ ਹਾਂ ਕਿ ਜਿਸ ਤਰ੍ਹਾਂ ਦੀ ਬੰਦੇ ਦੀ ਔਕਾਤ ਹੋਵੇ ਨਾ ਉਸ ਤਰ੍ਹਾਂ ਦੀ ਗਿਫਟਾਂ ਨੂੰ ਦਿੱਤਾ ਜਾਂਦਾ ਜਿਹਦੀ ਔਕਾਤ ਪਰਫਿਊਮ ਵਾਲੀ ਹੋਏਗੀ ਉਹਨੂੰ ਪਰਫਿਊਮ ਦੇਵਾਂਗੇ ਬਹੁਤ ਵੱਡਾ ਸੀ ਜੀ ਭਾਈ ਹਾਂ ਅਸੀਂ ਕੋਹੇ ਨੂੰ ਦੇ ਕੇ ਆਏ ਹਾਂ ਉਹਨਾਂ ਨੂੰ ਦਾ ਇੱਕ ਇੱਕ ਜਿਹੜਾ ਈਸਟਰਨ ਪੱਖ ਹੈ ਜਿਹੜਾ ਦਿੱਲੀ ਦੇ ਨਾਲ ਲੱਗਦਾ ਹੈ ਤੇ ਰਾਜਸਥਾਨ ਦੇ ਵੀ ਕਿਸਾਨ ਚਾਰਾਂ ਸੂਬਿਆਂ ਦੇ ਕਿਸਾਨ ਇਸ ਸੰਘਰਸ਼ ਦੀ ਦੇ ਫੇਸ ਨੇ ਦੇ ਚਿਹਰੇ ਨੇ ਪਰ ਇਸ ਸੰਘਰਸ਼ ਨੂੰ ਡਰਾਈਵ ਜਿਹੜਾ ਉਹ ਸਿਕ ਸਪਿਰਿਟ ਹੀ ਕਰ ਰਹੀ ਹੈ ਪੂਰੇ ਦੇ ਪੂਰੇ ਸੰਘਰਸ਼ ਨੂੰ ਡਰਾਈਵ ਜਿਹੜੀ ਹੈ ਉਹ ਸਿੱਖ ਸਪਿਰਟ ਕਰ ਰਹੀ ਹੈ ਇਹ ਇਹ ਉੱਥੇ ਜਾ ਕੇ ਵੀ ਤੁਹਾਨੂੰ ਕਲੀਅਰ ਹੋਏਗਾ ਕਿ ਜਿਹੜੀ ਸਿੱਖੀ ਸਪਿਰਟ ਹੈ ਤੁਹਾਨੂੰ ਉੱਥੇ ਜਿਉਂਦੀ ਜਾਗਦੀ ਉਹਦੀ ਝਲਕ ਮਿਲੇਗੀ 26 ਜਨਵਰੀ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਸੱਦੀ ਗਈ ਹੈ ਦਲ ਖਾਲਸਾ ਦੇ ਆਫਿਸ ਕਿਸਾਨ ਜਥੇਬੰਦੀਆਂ ਨੇ ਕਿਸਾਨ ਸੰਗਠਨਾ ਨੇ ਜਿਹੜੇ ਪਿਛਲੇ 1 ਮਹੀਨੇ ਤੋਂ ਵੱਧ ਦਿੱਲੀ ਦੀਆਂ ਸਰਹੱਦਾਂ ਤੇ ਦਿੱਲੀ ਨੂੰ ਘੇਰ ਕੇ ਬੈਠੇ ਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਸ ਮਹੀਨੇ ਦਾ ਜਨਵਰੀ ਮਹੀਨੇ ਦਾ ਇੱਕ ਪ੍ਰੋਟੈਸਟ ਚਾਰਟ ਜਾਰੀ ਕੀਤਾ ਸੀ ਉਸ ਦੇ ਵਿੱਚ ਜਿਹੜੀਆਂ ਦੋ ਪ੍ਰਮੁੱਖ ਪ੍ਰੋਗਰਾਮ ਨੇ ਉਹ ਹਨ 13 ਜਨਵਰੀ ਲੋਹੜੀ ਵਾਲੇ ਦਿਨ ਜਿਹੜੇ ਖੇਤੀ ਕਾਲੇ ਕਾਨੂੰਨ ਬਣਾਏ ਗਏ ਨੇ ਉਹਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਏਗਾ 8 ਮਾਰਚ ਖੇਤੀ ਕਾਲੇ ਕਾਨੂੰਨਾ ਦਾ ਮਾਤਮ ਮਨਾਉਣ ਲਈ ਕੀਤਾ ਜਾਏਗਾ ਇਹ ਇਹ ਪੈਰਲਲ ਮਾਰਚ ਹੋਏਗਾ ਜਾਂ ਪੈਰਲਲ ਪ੍ਰੇਡ ਹੋਏਗੀ ਜਿਹੜੀ ਇੱਕ ਗਵਰਨਮੈਂਟ 26 ਜਨਵਰੀ ਨੂੰ ਦਿੱਲੀ ਦੇ ਵਿੱਚ ਕਰਦੀ ਹੈ ਇਹਨਾਂ ਦੋਨਾਂ ਪ੍ਰੋਗਰਾਮਾਂ ਦਾ ਦਲ ਖਾਲਸਾ ਵੱਲੋਂ ਪੂਰਨ ਸਮਰਥਨ ਕੀਤਾ ਜਾਂਦਾ ਹੈ ਅਸੀਂ ਅੱਜ ਇਹ ਐਲਾਨ ਕਰਦੇ ਹਾਂ ਕਿ 13 ਤਰੀਕ ਨੂੰ ਲੋਹੜੀ ਵਾਲੇ ਦਿਨ ਸਾਡੇ ਕਾਰਜਕਰਤਾ ਪੰਜਾਬ ਭਰ ਦੇ ਵਿੱਚ ਖੇਤੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਅਗਨਪੇਂਟ ਕਰਨਗੇ ਸਾੜਨਗੇ ਤੇ 26 ਨੂੰ ਅਸੀਂ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਉਸ ਵਿੱਚ ਹਿੱਸਾ ਲਵਾਂਗੇ 26 ਜਨਵਰੀ ਜਿਹੜੀ ਕਿ ਭਾਰਤ ਦੀ ਗਣਤੰਤਰ ਦਿਵਸ ਹੈ ਅਸੀਂ ਹਰ ਸਾਲ ਵਾਂਗ ਇਸ ਸਾਲ ਵੀ ਇਸ ਨੂੰ ਕਾਲੇ ਦਿਨ ਵਜੋਂ ਮਨਾਵਾਂਗੇ ਸਾਡੇ ਲਈ ਇਹ ਕਾਲਾ ਗਣਤੰਤਰ ਦਿਵਸ ਹੈ ਇਸ ਲਈ ਅਸੀਂ 26 ਜਨਵਰੀ ਨੂੰ ਕਾਲੇ ਝੰਡੇ ਲੈ ਕੇ ਤੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਾਂਗੇ ਸਾਡੀ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਅਪੀਲ ਇੱਕ ਗੁਜਾਰਿਸ਼ ਰਹੇਗੀ ਕਿ ਜਿੱਥੇ ਉਹ ਆਪਣੇ ਯੂਨੀਅਨਾਂ ਦੇ ਝੰਡੇ ਲੈ ਕੇ ਟਰੈਕਟਰਾਂ ਤੇ ਬੰਨ ਕੇ ਤੁਰਨਗੇ ਆਪਣਾ ਸਰਕਾਰ ਨੂੰ ਇੱਕ ਸਪਸ਼ਟ ਤੇ ਸਾਫ਼ ਸੁਨੇਹਾ ਦੇਣ ਲਈ ਕਿ ਕਾਲੇ ਕਾਨੂੰਨ ਕਢਣ ਵਾਲੀ ਸਰਕਾਰ ਦੇ ਖਿਲਾਫ ਜਦੋਂ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਮਾਰਚ ਕਰ ਰਹੇ ਹੋ ਤੇ ਤੁਸੀਂ ਆਪਣੇ ਝੰਡਿਆਂ ਦੇ ਨਾਲ ਨਾਲ ਕਾਲੇ ਝੰਡੇ ਲੈ ਕੇ ਵੀ ਤੁਰੋ ਕਿਉਂਕਿ ਕਾਲਾ ਝੰਡਾ ਆਪਣੇ ਆਪ ਦੇ ਵਿੱਚ ਪ੍ਰੋਟੈਸਟ ਦਾ ਕਲਰ ਹੈ ਔਰ ਇਹ ਸਿਗਨੀਫਾਈ ਕਰਦਾ ਹੈ ਕਿ ਅਸੀਂ ਪ੍ਰੋਟੈਸਟ ਲਈ ਨਿਕਲੇ ਆ ਜਿੱਥੇ ਭਾਰਤ ਦੇ ਲੋਕ ਜਾਂ ਭਾਰਤੀ ਸਰਕਾਰ ਆਪਣਾ ਗਣਤੰਤਰ ਦਿਵਸ ਮਨਾ ਰਹੀ ਹੋਏਗੀ ਜਸ਼ਨ ਮਨਾ ਰਹੇ ਹੋਣਗੇ ਉਸ ਦੇ ਪੈਰਲਲ ਅਸੀਂ ਕਾਲਾ ਦਿਨ ਮਨਾਉਂਦੇ ਹੋਏ ਕਾਲੇ ਝੰਡੇ ਫੜ ਕੇ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸੜਕਾਂ ਤੇ ਮਾਰਚ ਕਰਾਂਗੇ ਨੰਬਰ 2 ਜਿਸ ਤਰੀਕੇ ਦੇ ਨਾਲ ਸਰਕਾਰ ਨੇ ਹੁਣ ਤੱਕ ਆਪਣਾ ਅੜੀਲ ਰਵਈਆ ਰੱਖਿਆ ਹੈ ਔਰ 60 ਤੋਂ ਵੱਧ ਕਿਸਾਨਾਂ ਦੀਆਂ ਜਿਹੜੇ ਅੰਦੋਲਨਕਾਰੀ ਕਿਸਾਨ ਨੇ ਉਹਨਾਂ ਦੀਆਂ ਜਾਨਾਂ ਜਾ ਚੁੱਕੀਆਂ ਐ ਔਰ ਸਰਕਾਰ ਕਿਸਾਨਾਂ ਦੀ ਬੇਕਦਰਹੀ ਕਰ ਰਹੀ ਐ ਔਰ ਆਪਣੇ ਉਸ ਜਿਹੜਾ ਇੱਕ ਫਾਸੀਵਾਦੀ ਉਹਨਾਂ ਦੇ ਫੈਸਲੇ ਸੀ ਜਿਹੜਾ ਇੱਕ ਤਾਨਾਸ਼ਾਹੀ ਫੈਸਲੇ ਸੀ ਉਸ ਤੋਂ ਟਸ ਤੋਂ ਮਸ ਨਹੀਂ ਹੋ ਰਹੀ ਔਰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਸਰਕਾਰ ਨੂੰ ਜੇਕਰ ਉਹਨਾਂ ਨੇ 26 ਵਾਲੇ ਦਿਨ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਸਰਹੱਦਾਂ ਤੇ ਬੈਠੇ ਨੇ ਉਹਨਾਂ ਵਿਰੁੱਧ ਕੋਈ ਫੌਜੀ ਬਲ ਪ੍ਰਯੋਗ ਕੀਤਾ ਕੋਈ ਜ਼ਬਰ ਜ਼ੁਲਮ ਕੀਤਾ ਤਾਂ ਇਸ ਦਾ ਰਿਐਕਸ਼ਨ ਪੰਜਾਬ ਦੇ ਵਿੱਚ ਬਹੁਤ ਵੱਡਾ ਸਰਕਾਰ ਨੂੰ ਦੇਸ਼ ਨੂੰ ਚਲਣਾ ਪਏਗਾ ਜੇਕਰ ਉਹਨਾਂ ਨੇ ਦਿੱਲੀ ਦੀਆਂ ਸਰਹੱਦਾਂ ਚਾਹੇ ਉਹ ਠਿਕਰੀ ਬਾਰਡਰ ਹੈ ਚਾਹੇ ਉਹ ਸਿੰਘੂ ਬਾਰਡਰ ਹੈ ਉਸ ਨੂੰ ਜਲਿਆਂਵਾਲਾ ਬਾਗ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਸਰਕਾਰ ਦੇ ਲਈ ਸੂਸਾਈਡਲ ਹੋਏਗਾ ਇਹਦਾ ਰਿਐਕਸ਼ਨ ਪੰਜਾਬ ਤੇ ਹੋਰਨਾਂ ਥਾਵਾਂ ਤੇ ਬਹੁਤ ਜ਼ਬਰਦਸਤ ਹੋਏਗਾ ਜਿਹੜਾ ਪਹਿਲਾਂ ਸ਼ਾਇਦ ਕਦੀ ਨਾ ਹੋਇਆ ਹੋਵੇ ਸਾਡੀ ਮਾਸਿਸ ਨੂੰ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਹਰ ਘਰ ਦਾ ਇੱਕ ਜੀ 26 ਨੂੰ ਟਰੈਕਟਰ ਮਾਰਚ ਦੇ ਵਿੱਚ ਜ਼ਰੂਰ ਸ਼ਾਮਲ ਹੋਵੇ ਹਰ ਘਰ ਦਾ ਇੱਕ ਜੀ ਦਿੱਲੀ 25 ਤਰੀਕ ਪਹੁੰਚੇ ਸਿੰਘੂ ਬਾਰਡਰ ਤੇ ਠੀਕਰੀ ਬਾਰਡਰ ਦੇ ਉੱਤੇ ਕਿਸਾਨ ਧਰਨਾ ਲਈ ਬੈਠੇ ਨੇ ਇਹ ਲੜਾਈ ਇਹ ਅੰਦੋਲਨ ਕੇਵਲ ਫਸਲਾਲੀ ਨਹੀਂ ਔਨ ਵਾਲੀਆਂ نسلਾਂ ਲਈ ਵੀ ਹੈ ਸੋ ਹਰ ਘਰ ਨੂੰ ਉੱਥੇ ਪਹੁੰਚਣਾ ਚਾਹੀਦਾ ਹੈ ਹਰ ਖਿੱਤੇ ਦੇ ਲੋਕ ਨੂੰ ਉੱਥੇ ਪਹੁੰਚਣਾ ਚਾਹੀਦਾ ਹੈ ਇਸ ਨੂੰ ਕੇਵਲ ਕਿਸਾਨਾਂ ਤੱਕ ਮ hạnੂਦ ਨਹੀਂ ਕਰਨਾ ਚਾਹੀਦਾ ਔਰ ਜਿਹੜੇ ਪਰਿਵਾਰ ਦੇ ਬਾਕੀ ਜੀ ਦਿੱਲੀ ਨਹੀਂ ਪਹੁੰਚ ਸਕਦੇ ਦਿੱਲੀ ਨਹੀਂ ਜਾ ਸਕਦੇ ਉਹਨਾਂ ਲਈ ਅਸੀਂ ਪਲਾਨ ਬੀ ਪੰਜਾਬ ਦੇ ਵਿੱਚ ਵੀ ਪ੍ਰੋਟੈਸਟ ਪ੍ਰੋਗਰਾਮ ਉਲੀਕਾਂਗੇ ਜਿਸ ਦਾ ਐਲਾਨ ਅਸੀਂ ਲੋੜੀ ਜਦੋਂ ਅਸੀਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਾਂਗੇ ਉਸ ਤੋਂ ਬਾਅਦ ਕਰਾਂਗੇ ਪੰਜਾਬ ਦੇ ਵਿੱਚ ਵੀ ਅਸੀਂ ਪ੍ਰੋਟੈਸਟ ਕਰਾਂਗੇ ਪਲਾਨ ਬੀ ਪਰ ਜਿਹੜੀ ਸਾਡੀ ਪ੍ਰਾਥਮਿਕਤਾ ਪ੍ਰਾਇਓਰਟੀ ਹੈ ਉਹ ਦਿੱਲੀ ਹੈ ਦਿੱਲੀ ਹਰ ਘਰ ਦਾ ਜੀ ਜਾਵੇ ਪਰ ਜਿਹੜੇ ਇੱਥੇ ਰਹਿ ਜਾਣਗੇ ਜਿਹੜੇ ਕਾਰਜਕਰਤਾ ਰਹਿ ਜਾਣਗੇ ਜਿਹੜੇ ਘਰਾਂ ਦੇ ਜੀ ਬਾਕੀ ਇੱਥੇ ਰਹਿ ਜਾਣਗੇ ਉਹ ਇੱਥੇ ਪੰਜਾਬ ਦੇ ਵਿੱਚ ਵੀ ਦਿੱਲੀ ਜਿਹੜੇ ਆਪਣੇ ਕਿਸਾਨ ਪ੍ਰਾ ਅੰਦੋਲਨ ਕਰ ਰਹੇ ਨੇ ਉਹਨਾਂ ਦੇ ਨਾਲ ਇੱਕ ਜੁਟਤਾ ਪ੍ਰਗਟਾਉਣ ਲਈ ਉਹਨਾਂ ਦੇ ਸੰਘਰਸ਼ ਨੂੰ ਬਲ ਬਲ ਦੇਣ ਲਈ ਪੰਜਾਬ ਦੇ ਵਿੱਚ ਵੀ ਪ੍ਰੋਗਰਾਮ ਉਲੀਕੇ ਜਾਣਗੇ ਪਰ ਇਹ ਪ੍ਰੋਗਰਾਮ ਅਸੀਂ 13 ਤੋਂ 22 ਫੈਸਲਾ ਕਰਾਂਗੇ ਉਲੀਕਾਂਗੇ ਸੋ ਜਿਸ ਜਿਸ ਇਸ ਦੌਰ ਤੇ ਇਹ ਅੰਦੋਲਨ ਪਹੁੰਚ ਚੁੱਕਾ ਹੈ ਮੈਂ ਸਮਝਦਾ ਕਿ ਜਿਹੜਾ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੀ ਇੰਡੀਆ ਦੀ ਜਿਹੜੀ ਟ੍ਰਿਪ ਕੈਨਸਲ ਕੀਤੀ ਹੈ ਆਪਣੀ ਵਿਜ਼ਿਟ ਕੈਨਸਲ ਕੀਤੀ ਹੈ ਇਹ ਕਿਸਾਨ ਅੰਦੋਲਨ ਦੀ ਨੈਤਿਕ ਜਿੱਤ ਹੈ ਬੇਸ਼ੱਕ ਬਹਾਨਾ ਕੋਰੋਨਾ ਮਹਾਮਾਰੀ ਦੇ ਵਾਅਦੇ ਦਾ ਦਿੱਤਾ ਜਾ ਰਿਹਾ ਹੈ ਪਰ ਕਿਸਾਨਾਂ ਨੇ 21 ਦਸੰਬਰ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬੇਨਤੀ ਇਹ ਅਪੀਲ ਕਰ ਦਿੱਤੀ ਸੀ ਬੋਰਿਸ ਜੌਨਸਨ ਨੂੰ ਕਿ ਤੁਸੀਂ ਇਸ ਵਾਰ ਆਪਣਾ ਜਿਹੜਾ ਪ੍ਰੋਗਰਾਮ ਹੈ ਉਸ ਉਹ ਕੈਨਸਲ ਕਰੋ ਤੁਸੀਂ ਇੰਡੀਆ ਜਦ ਤੱਕ ਤਿੰਨੇ ਖੇਤੀ ਕਾਨੂੰਨ ਜਿਹੜੇ ਵਿਵਾਦਤ ਕਾਨੂੰਨ ਨੇ ਉਹ ਰੱਦ ਨਹੀਂ ਕਰਦਾ ਤੁਸੀਂ ਭਾਰਤ ਦੇ ਵਿੱਚ ਆਪਣਾ ਕੋਈ ਵੀ ਵਿਜ਼ਿਟ ਨਾ ਰੱਖੋ ਉਸ ਤੋਂ ਬਾਅਦ ਬ੍ਰਿਟਿਸ਼ ਤੇ ਪਾਰਲੀਮੈਂਟਰੀਅਨਸ ਨੇ ਉੱਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਇੱਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਈਵਨ ਦਲ ਖਾਲਸਾ ਨੇ ਵੀ ਇੱਕ ਚਿੱਠੀ ਬ੍ਰਿਟਿਸ਼ ਹਾਈ ਕਮਿਸ਼ਨ ਦੇ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜੀ ਹੋਈ ਹੈ ਅਸੀਂ ਵੀ ਉਹਨਾਂ ਨੂੰ ਇਹ ਕਹਿ ਚੁੱਕੇ ਹਾਂ ਕਿ ਤੁਹਾਡਾ ਅਜੇਹੇ ਦੌਰ ਦੇ ਵਿੱਚ ਅਜੇਹੇ ਨਾਜ਼ੁਕ ਦੌਰ ਦੇ ਵਿੱਚ ਆਉਣਾ ਹਿੰਦੁਸਤਾਨ ਨੂੰ ਮੋਰਲ سپورਟ ਦੇਗਾ ਜਿਹੜਾ ਇਸ ਵੇਲੇ ਕਿਸਾਨ ਅੰਦੋਲਨ ਨੂੰ ਆਪਣੀ ਬਰੂਟ ਮਾਈਟ ਦੇ ਨਾਲ ਆਪਣੀ ਹੱਟ ਦੇ ਨਾਲ ਆਪਣੇ ਹੰਕਾਰ ਦੇ ਨਾਲ ਕ੍ਰਸ਼ ਕਰਨ ਤੇ ਤੁਲਿਆ ਹੋਇਆ ਸੋ ਅਸੀਂ ਸਮਝਦੇ ਹਾਂ ਕਿ ਸਿੱਖ ਡਾਇਸਪੋਰਾ ਨੇ ਜਿਹੜੀ ਜਿਹੜੀ ਜਿਹੜਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੂੰ ਸੰਵਾਦ ਕਰਕੇ ਖਤ ਪਾ ਕੇ ਕੋਰਸਪੋਂਡੈਂਸ ਕਰਕੇ ਜਿਹੜਾ ਆਪਣਾ ਪੱਖ ਰੱਖਿਆ ਉਹਦਾ ਕਿਤੇ ਨਾ ਕਿਤੇ ਇਹ ਅਸਰ ਹੋਇਆ ਕਿ ਬੇਸ਼ੱਕ ਉਹਨਾਂ ਨੇ ਕਰੋਨਾ ਮਹਾਮਾਰੀ ਦਾ ਹੀ ਐਕਸਕਿਊਜ਼ ਲਿਆ ਪਰ ਇੱਕ ਕਿਸਾਨ ਅੰਦੋਲਨ ਦੀ ਨੈਤਿਕ ਚਿੱਤ ਹੈ ਜਿਹੜਾ ਉਹ ਉਹਨਾਂ ਨੇ ਆਪਣਾ ਪ੍ਰੋਗਰਾਮ ਜਿਹੜਾ ਆਪਣਾ ਵਿਜ਼ਿਟ ਸੀ ਉਹ ਕੈਨਸਲ ਕੀਤਾ ਸੋ ਕਿਸਾਨ ਅੰਦੋਲਨ ਇਸ ਵੇਰੇ ਆਪਣੇ ਸਿਖਰਾਂ ਤੇ ਹੈ ਲੀਡਰਸ਼ਿਪ ਜਿਹੜੀ ਹੈ ਉਹ ਕਿਸਾਨ ਯੂਨੀਅਨ ਦੇ ਰਹੇ ਨੇ ਪ੍ਰੋਗਰਾਮਸ ਉਹ ਦੇ ਰਹੇ ਨੇ ਅਸੀਂ ਸਾਰੇ ਉਹਨਾਂ ਦੀ ਸਪੋਰਟ ਕਰ ਰਹੇ ਆਂ ਔਰ ਇਸ ਕਿਸਾਨ ਅੰਦੋਲਨ ਦੀ ਜਿਹੜੀ ਅਰਦਾਸ ਹੈ ਅੱਜ ਜਦੋਂ ਅਸੀਂ ਸਵੇਰੇ ਦਰਬਾਰ ਸਾਹਿਬ ਦੇ ਵਿੱਚ ਸ਼ਹੀਦ ਭਾਈ ਕੇਰ ਸਿੰਘ ਸ਼ਹੀਦ ਭਾਈ ਸਤਵੰਦ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਗਏ ਆਂ ਤੇ ਉੱਥੇ ਵੀ ਅਸੀਂ ਅਰਦਾਸ ਕੀਤੀ ਹੈ ਕਿ ਕਿਸਾਨਾਂ ਨੂੰ ਆਪਣੇ ਮਕਸਦ ਦੇ ਵਿੱਚ ਪਰਮਾਤਮਾ ਫਤਿਹਯਾਬੀ ਬਖਸ਼ੋ ਤਾਂ ਕਿੰਨਾ ਲੱਗ